द हरप्रीत सिंह शो दे अज दे इस एपीसोड विच आप सब दा हार्दिक स्वागत है। नवा साल है ते नवे साल दे इस समय दे विच असी एक सीरीज शुरू करन जा रहे हैं जिस विच के हर महीने साडे कोल स्टूडियो दे विच आके मयूर अरोड़ा जिहड़े कि एक नामवर रियल्टर ने गलबात करिया करनगे, रियल एस्टेट संबंधी सानू जानकारी दिया करनगे। इस समय सब दीआं नज़रां जिहड़ियां रियल एस्टेट ते टिकियां होईआं हैं क्योंकि जिस तरीके नाल असी देखिआ मार्केट विच जिहड़े बैलेंसिस आए ने सैलरस मार्केट तो बायरस मार्केट ते इस समय स्टैगनेंसी जिहड़ी देखी जा रही है, इह आउण वाले समय विच की कुछ होएगा। 2018 ਦਾ ਜਿਹੜਾ ਸਾਲ ਲੰਘਿਆ ਹੈ ਉਸ ਵਿੱਚ ਕੀ ਕੁਝ ਟ੍ਰੈਂਡਸ ਸਨ, ਕੀ ਪ੍ਰਾਈਜ਼ਸ ਸਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਏਗਾ, ਬਾਇਰਸ ਨੂੰ, ਸੈਲਰਸ ਨੂੰ, ਰੈਂਟਰਸ ਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ, ਇਸ ਸਾਰੇ ਬਾਰੇ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਦਿਆ ਕਰਨਗੇ ਮਯੂਰ ਅਰੋੜਾ। ਸੋ ਸਵਾਗਤ ਕਰਦੇ ਹਾਂ ਉਹਨਾਂ ਦਾ ਅਤੇ ਗੱਲਬਾਤ ਕਰਦੇ ਹਾਂ ਸਨ 2018 ਵਿੱਚ ਕੀ ਕੁਝ ਹੋਇਆ ਅਤੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਕਿਹੜੀ ਚੀਜ਼ਾਂ ਤੋਂ ਚੇਤਨ ਹੋਣ ਦੀ ਲੋੜ ਹੈ। ਸਵਾਗਤ ਹੈ ਜੀ ਤੁਹਾਡਾ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਸੋ ਮਚ। ਥੈਂਕ ਯੂ। 2018 ਜੀ ਇੱਕ ਟ੍ਰੈਂਡ ਜਿਹੜਾ ਅਸੀਂ ਦੇਖ ਰਹੇ ਸੀ ਰੀਅਲ ਇਸਟੇਟ ਉੱਤੇ 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 ਹੀ ਜਾ ਰਹੀ ਹੈ ਜੀ। ਜੂਨ ਜੁਲਾਈ ਦੇ ਵਿੱਚ ਥੋੜ੍ਹਾ ਜਿਹਾ ਦੇਖਿਆ ਸੀ ਕਿ ਕੌਂਡੋਜ਼ ਪ੍ਰਾਈਜ਼ ਜਿਹੜੀਆਂ ਸਨ ਅਤੇ ਜਿਹੜੇ ਟਾਊਨ ਹਾਊਸਿਸ ਸਨ ਦੇ ਵਰ ਟੱਚਿੰਗ ਸਕਾਈ, ਯੂ ਨੋ ਇਟ ਵਾਸ ਬਿਯੋਂਡ ਰੀਚ। ਲੇਕਿਨ ਉਸ ਤੋਂ ਬਾਅਦ ਹੌਲੀ ਹੌਲੀ ਬੈਲੈਂਸ ਹੋਇਆ, ਫਿਰ ਸੈਲਰਸ ਤੋਂ ਬਾਇਰਸ ਮਾਰਕੀਟ ਹੋਈ ਅਤੇ ਹੁਣ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਠੱਪ ਹੋ ਗਿਆ ਜੀ। ਥੋੜ੍ਹਾ ਲੰਬਾ ਐਕਸਪੀਰੀਅੰਸ ਹੈਗਾ ਹੁਣ ਰੀਅਲ ਇਸਟੇਟ ਵਿੱਚ, ਤੁਸੀਂ ਮੇਨ ਸਟ੍ਰੀਮ ਵਿੱਚ ਵੀ ਆਉਂਦੇ ਹੋ, ਤੁਹਾਡਾ ਨਿਊਜ਼ ਪੇਪਰਸ ਵਿੱਚ ਵੀ ਤੁਸੀਂ ਅਸੀਂ ਤੁਹਾਨੂੰ ਦੇਖਦੇ ਹਾਂ। ਸੋ ਮੇਅਰ ਸਾਨੂੰ ਦੱਸੋ ਕਿ ਕੀ 2018 ਵਿੱਚ ਤੁਸੀਂ ਐਜ਼ ਅ ਰੀਅਲਟਰ ਓਬਜ਼ਰਵ ਕੀਤਾ ਹੈ ਐਂਡ ਇਹਦੇ ਕੀ ਰੈਮੀਫਿਕੇਸ਼ਨਸ ਆਉਣ ਵਾਲੇ ਸਮੇਂ ਵਿੱਚ ਸਾਨੂੰ ਮਿਲਣਗੀਆਂ। ਸੋ ਵਿਸਥਾਰ ਵਿੱਚ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਹਾਂ ਜੀ। ਸੋ 2018 ਮੇਰੇ ਹਿਸਾਬ ਨਾਲ ਜੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਿਕ ਸਾਲ ਸੀਗਾ ਫੋਰ ਰੀਅਲ ਇਸਟੇਟ। ਇੱਦਾਂ ਦਾ ਸਾਲ ਮੇਰੇ ਹਿਸਾਬ ਨਾਲ ਕੋਈ ਪਿਛਲੇ 25 ਈਅਰਸ ਦੇ ਅੰਦਰ, ਕੁਆਟਰ ਸੈਂਚਰੀ ਦੇ ਅੰਦਰ ਕਦੀ ਵੀ ਨਹੀਂ ਹੋਇਆ ਕਿ ਜਿਹਨੇ ਇੰਨਾ ਚੜ੍ਹਾਈ ਦੇਖੀ ਫਿਰ ਉਤਰਾਈ ਦੇਖੀ ਇੱਕੋ ਹੀ ਸਾਲ ਦੇ ਅੰਦਰ। 2018 ਦੇ ਅੰਦਰ ਜਿਹੜਾ ਪਹਿਲਾਂ ਸ਼ੁਰੂ, ਜਿਵੇਂ ਤੁਸੀਂ ਕਿਹਾ ਵੀ ਕਿ ਪਹਿਲਾ ਟ੍ਰੈਂਡ ਸੀਗਾ, ਮਾਰਕੀਟ ਵਾਜ਼ ਵੈਰੀ ਹੀਟਡ। 2016-17 ਬਹੁਤ ਹੀਟਡ ਰਹੀ ਹੈ, ਕਈ ਕਈ ਪ੍ਰੋਪਰਟੀਆਂ ਦੇ 25-25 ਮਲਟੀਪਲ ਆਫਰਸ ਵੀ ਆਉਂਦੀ ਸੀਗੀਆਂ। ਜਦੋਂ ਉਦੋਂ ਗਵਰਨਮੈਂਟ ਨੇ ਦੇਖਿਆ ਅਤੇ ਕ੍ਰਿਸਟੀ ਕਲਰ ਗਵਰਨਮੈਂਟ ਨੇ ਉਦੋਂ ਕਿ ਉਹਨਾਂ ਨੇ ਜਿਹੜਾ ਹੈਗਾ ਫੋਰਨ ਬਾਇਰਸ ਟੈਕਸ ਲਾਤਾ, ਪਹਿਲੇ ਵੇਕੈਂਸੀ ਟੈਕਸ ਕੀਤਾ ਹੈਗਾ, ਕਈ ਕੁਛ ਕੀਤਾ ਹੈਗਾ ਉਹਨਾਂ ਨੇ, ਫਿਰ ਸਟ੍ਰੈਸ ਟੈਸਟ ਪਾਇਆ ਹੈਗਾ, ਉਹਦੇ ਕਰਕੇ ਮਾਰਕੀਟ ਜਿਹੜੀ ਹੈ 2018 ਦੇ ਵਿੱਚ ਸੈਂਟਰ ਦੇ ਵਿੱਚ ਮਿਡਲ ਦੇ ਵਿੱਚ ਇਟ ਸਟਾਰਟਡ ਟੂ ਸਲੋ ਡਾਊਨ ਐਟ ਦੈਟ ਪੁਆਇੰਟ। ਸੋ 2018 ਅਗੇਨ ਇਜ਼ ਅ ਵੈਰੀ ਇੰਟਰਸਟਿੰਗ ਈਅਰ ਇਨ ਰੀਅਲ ਇਸਟੇਟ। ਐਂਡ ਜਿਹੜੀ ਮੈਂ ਥੋੜ੍ਹੀ ਜਿਹੀ ਸਟੈਟਿਸਟਿਕਸ ਲੈ ਕੇ ਆਇਆ ਤੁਹਾਡੇ ਲਈ ਕਿ ਫਰੇਜ਼ਰ ਵੈਲੀ ਦੋ ਬੋਰਡਸ ਹੈਗੇ ਜੀ, ਇੱਕ ਵੈਂਕੂਵਰ ਬੋਰਡ ਹੈ, ਇੱਕ ਫਰੇਜ਼ਰ ਵੈਲੀ ਬੋਰਡ ਹੈ। ਫਰੇਜ਼ਰ ਰਿਵਰ ਦੇ ਦੂਜੇ ਪਾਸੇ ਇਟਸ ਵੈਂਕੂਵਰ, ਗ੍ਰੇਟਰ ਵੈਂਕੂਵਰ ਰੀਅਲ ਇਸਟੇਟ ਬੋਰਡ, ਜਿਹੜਾ ਵੈਂਕੂਵਰ, ਬਰਨਬੀ, ਕੋਕੋਤਲਮ, ਮੇਪਲ ਰਿਜ, ਰਿਚਮੰਡ, ਇਸ ਸਾਰੇ ਇਲਾਕੇ ਨੂੰ ਕਵਰ ਕਰਦਾ। ਜਿਹੜਾ ਫਰੇਜ਼ਰ ਵੈਲੀ ਬੋਰਡ ਹੈਗਾ ਦੈਟ ਇਜ਼ ਮੋਰ ਔਨ ਦਿਸ ਸਾਈਡ ਆਫ ਦ ਰਿਵਰ, ਜਿਹੜਾ ਕਰਦਾ ਵੀ ਓਲਡਰ ਗਰੋਵ, ਲੈਂਗਲੀ, ਸਰੀ, ਇਹ ਸਾਰੇ ਏਰੀਆ ਨੂੰ ਮਿਸ਼ਨ ਤੱਕ, ਇਹ ਸਾਰਾ ਏਰੀਆ ਫਰੇਜ਼ਰ ਵੈਲੀ ਬੋਰਡ ਦੇ ਅੰਦਰ ਆ ਜੀ। ਫਰੇਜ਼ਰ ਵੈਲੀ ਅੰਦਰ ਆਪਾਂ ਗੱਲ ਕਰਦੇ ਹਾਂ ਪਹਿਲਾਂ 2018 ਦੇ ਅੰਦਰ 30.2% ਸੇਲਸ ਵਰ ਡਿਕਲਾਈਨ, ਜਿਹੜੀ ਘੱਟ ਹੋਈ ਹੈ ਸੇਲਸ 30% ਘੱਟ ਹੋਈ ਹੈ। ਸੋ 2017 ਦੇ ਵਿੱਚ 22,338 ਯੂਨਿਟਸ ਵਿਕੇ ਸੀਗੇ, ਦਿਸ ਇਨਕਲੂਡਸ ਕੌਂਡੋਜ਼, ਟਾਊਨ ਹਾਊਸਿਸ, ਅਪਾਰਟਮੈਂਟਸ, ਡੁਪਲੈਕਸਿਸ ਐਂਡ ਸਿੰਗਲ ਫੈਮਿਲੀ ਹੋਮਸ। ਜਿਹੜੇ ਕਿ 2018 ਦੇ ਨੰਬਰ ਹੈਗੇ ਆ 22,000 2017 ਦੇ ਵਿੱਚ ਸੀਗੇ, ਅਤੇ 2018 ਦੇ ਵਿੱਚ 15,586 ਯੂਨਿਟ ਵਿਕੇ ਹੈਗੇ। ਓਕੇ, ਸੋ ਇਹ ਤਾਂ ਸੀਗੇ ਫਰੇਜ਼ਰ ਵੈਲੀ ਬੋਰਡ ਦਾ। ਰਾਈਟ, ਜਿਹੜਾ ਹੈਗਾ ਵੈਂਕੂਵਰ ਬੋਰਡ ਦਾ, ਉਹ 2017 ਦੇ ਵਿੱਚ 35,900 ਯੂਨਿਟ ਵਿਕੇ ਸੀਗੇ, 35,900, ਐਂਡ 2018 ਦੇ ਵਿੱਚ 24,619 ਯੂਨਿਟ ਵਿਕੇ ਆ। ਸੋ ਦੈਟ ਵਾਜ਼ ਅ ਡਿਕਲਾਈਨ ਆਫ 31.6। ਸੋ ਤੁਸੀਂ ਦੇਖ ਸਕਦੇ ਹਾਂ ਕਿ ਅਕ੍ਰੋਸ ਦ ਬੋਰਡ ਐਵਰੇਜ ਡਿਕਲਾਈਨ ਵਾਜ਼ ਅਬਾਊਟ 30% ਇਨ ਸੇਲਸ। ਜਦੋਂ ਸੇਲ ਘਟਦੀ ਆ ਉਹਦੇ 2-3-4 ਮਹੀਨੇ ਬਾਅਦ ਜਿਹੜਾ ਹੈਗਾ ਪ੍ਰਾਈਸਿਸ 'ਤੇ ਫਰਕ ਪੈਂਦਾ ਹੈਗਾ, ਕਿਉਂਕਿ ਜਿਹੜੇ ਜਿਹਨੇ ਕਿਸੇ ਨੇ ਵੇਚਣਾ ਹੈ ਉਹ ਵੇਚ ਜਾਂਦਾ ਐਂਡ ਦੈਨ ਉਹ ਨਵੀਂ ਇੱਕ ਬੈਂਚਮਾਰਕ ਪ੍ਰਾਈਸ ਬਣਾ ਲੈਂਦਾ ਉਸ ਏਰੀਆ ਦੀ। ਸੋ ਦਿਸ ਹੈਜ਼ ਬੀਨ ਦ ਟ੍ਰੈਂਡ ਫੋਰ 2018। ਸੋ ਇਹ ਅਸੀਂ ਦੇਖਿਆ ਲੋਅਰ ਮੇਨਲੈਂਡ ਦੇ ਵਿੱਚ ਇਹ ਜਿਹੜਾ ਟ੍ਰੈਂਡ ਨਜ਼ਰ ਆਇਆ। 2017 ਦੇ ਵਿੱਚ ਸ਼ਾਇਦ ਲੱਗਾ ਸੀ ਇਹ ਟੈਕਸ 15% ਜਿਹੜਾ ਬਾਇਸ ਫੋਰਨ ਬਾਇਸ ਟੈਕਸ ਲੱਗਾ ਸੀ, ਕੀ ਉਹ ਇੱਕ ਕਾਰਨ ਤੁਸੀਂ ਸਮਝਦੇ ਹੋ ਜਿਹਦੇ ਨਾਲ ਕਿ ਮਾਰਕੀਟ ਦੇ ਵਿੱਚ ਕੁਛ ਜਿਹੜਾ ਬੈਲੈਂਸ ਆਉਣਾ ਸ਼ੁਰੂ ਹੋਇਆ ਸੀ? ਪਰ 2017 ਦੇ ਵਿੱਚ ਅਸੀਂ ਦੇਖਦੇ ਹਾਂ 18 ਦੇ ਵਿੱਚ ਬਿਗਨਿੰਗ ਵਿੱਚ ਤਾਂ ਅਗੇਨ ਮਲਟੀਪਲ ਆਫਰ ਮਾਰਕੀਟ ਰਹੀ ਸੀ ਐਂਡ ਆਲ ਦੈਟ, ਕੀ ਹੋਇਆ ਕੀ? ਸੋ ਗਵਰਨਮੈਂਟ ਦੀ ਥਿੰਕਿੰਗ ਸੀਗੀ ਜੇ, ਉਹਨਾਂ ਨੇ ਇੱਕ ਐਡਵਾਈਜ਼ਰੀ ਪੈਨਲ ਵੀ ਰੱਖਿਆ ਸੀਗਾ, ਉਹਨਾਂ ਦੀ ਰਿਪੋਰਟ ਆਈ ਸੀਗੀ ਕਿ ਬਹੁਤ ਫਰਕ ਪੈਂਦਾ ਇਹਦੇ ਨਾਲ, ਬਟ ਦ ਫੈਕਟ
ਇਸ ਕਿ ਇਹ ਇੱਕ ਨਵੀਂ ਰਿਪੋਰਟ ਹੁਣ ਪੇਸ਼ ਹੋਈ ਹੈ ਉਹਦੇ ਅੰਦਰ ਆਇਆ ਕਿ ਵੀ 2.26% 2.26 ਵਿਚ ਇਜ਼ ਵੈਰੀ ਮਿਨੀਮਲ ਬਹੁਤ ਛੋਟਾ ਪਰਸੈਂਟੇਜ ਨੰਬਰ ਹੈਗਾ ਵਿਚ ਇਜ਼ ਵਾਟ ਐਕਚੁਲੀ ਮੇਡ ਦ ਡਿਫਰੈਂਸ ਇਨ ਇਨ ਦ ਫੋਰਨ ਬਾਇਰਸ ਟੈਕਸ ਜਿਹੜਾ ਉਹਦਾ ਇੰਪੈਕਟ ਸੀਗਾ ਜਿਹੜਾ ਬਾਕੀ ਇੰਪੈਕਟ ਸੀਗਾ ਇਜ਼ ਐਕਚੁਲੀ ਦ ਸਟ੍ਰੈਸ ਟੈਸਟ ਦੈਟ ਇਜ਼ ਕਾਜ਼ਿੰਗ ਦ ਸਟ੍ਰੈਸ ਟੈਸਟ ਦੇ ਅੰਦਰ ਕੀ ਹੁੰਦਾ ਹੈ ਮੈਂ ਤੁਹਾਨੂੰ ਐਕਸਪਲੇਨ ਕਰ ਲੈਂਦਾ ਸਟ੍ਰੈਸ ਟੈਸਟ ਸ਼ੋਰਟ ਦੇ ਜਿਹੜਾ ਸਟ੍ਰੈਸ ਟੈਸਟ ਹੈਗਾ ਦੈਟ ਇਜ਼ ਐਕਚੁਲੀ ਜੇ ਅੱਜ ਦਾ ਇੰਟਰਸਟ ਰੇਟ ਆਪਾਂ ਲਾ ਕੇ ਚੱਲੀਏ ਫੋਰ ਐਗਜ਼ਾਮਪਲ 3% ਹੈਗਾ ਯੂ ਹੈਵ ਟੂ ਕੁਆਲੀਫਾਈ ਐਟ 5% 5% ਤੇ ਤੁਹਾਨੂੰ ਕੁਆਲੀਫਾਈ ਕਰਨਾ ਪੈਣਾ ਟੂ ਗੈਟ ਟੂ 3% ਰੇਟ ਸੋ ਉਹ ਜਿਹੜਾ ਹੈਗਾ ਦੈਟ ਇਜ਼ ਅ ਵੈਰੀ ਡਿਫੀਕਲਟ ਥਿੰਗ ਕਿ ਵੀ 2% ਮੇਕਸ ਅ ਡਿਫਰੈਂਸ ਅ ਬਿਗ ਡਿਫਰੈਂਸ ਇਨ ਦ ਪੇਮੈਂਟ ਸੋ ਉਹ ਕੁਆਲੀਫਿਕੇਸ਼ਨ ਇਜ਼ ਵਟ ਇਜ਼ ਬਿਕਮ ਦ ਚੈਲੇਂਜ ਹੇਅਰ ਐਂਡ ਦੈਨ ਯੋਰ ਇਨਕਮ ਆਲਸੋ ਹੈਜ਼ ਟੂ ਬੀ ਹਾਈ ਐਂਡ ਜੋ ਸੁਣਨ ਨੂੰ ਮਿਲ ਰਿਹਾ ਦੇਖਣ ਨੂੰ ਮਿਲ ਰਿਹਾ ਕਿ 8 lakh ਦਾ ਵੀ ਜੇ ਘਰ ਲੈਣਾ ਤਾਂ ਅਸੀਂ 1.5 to 2 lakh ਤੁਹਾਡੀ ਇਨਕਮ ਹੋਣੀ ਚਾਹੀਦੀ 1,75,000 ਚਾਹੀਦੀ ਇਨਕਮ ਵਾਓ ਸੋ ਉਹ ਕਿੱਥੇ ਨਜ਼ਰ ਆਏਗੀ ਉਹ ਕਿਸ ਤਰ੍ਹਾਂ ਫਿਰ ਇਹ ਜਿਹੜੇ ਸੈਲਫ ਇੰਪਲੋਇਡ ਨੇ ਜਾਂ ਸਾਡੇ ਟੈਕਸੀ ਚਲਾਉਂਦੇ ਨੇ ਭਰਾ ਜਾਂ ਹੋਰ ਜਿਹੜੇ ਕੰਮਾਂ 'ਚ ਲੱਗੇ ਨੇ ਇਸ ਇਨਕਮ ਤੱਕ ਤਾਂ ਫਿਰ ਬੜਾ ਔਖਾ ਆਉਣ ਬਹੁਤ ਔਖਾ ਜੀ ਇਟਸ ਬੇਸਿਕਲੀ ਹੁਣ ਮੈਂ ਜਿਹੜਾ ਟ੍ਰੈਂਡ ਦੇਖ ਰਿਹਾ ਹੈਗਾ ਇਹਨੂੰ ਕਾਊਂਟਰ ਕਰਨ ਲਈ ਆਪਣੇ ਬੰਦਿਆਂ ਨੇ ਬਈ ਇੱਕ ਫੈਮਿਲੀ ਦੀ ਬਜਾਏ ਉਹ ਦੋ ਫੈਮਿਲੀਜ਼ ਹੁਣ ਰਲ ਕੇ ਲੈ ਰਹੀ ਇੱਕ ਉੱਪਰ ਲੈ ਲੈਂਦੇ ਇੱਕ ਥੱਲੇ ਲੈ ਲੈਂਦੇ ਦੈਟ ਇਜ਼ ਅ ਨਿਊ ਟ੍ਰੈਂਡ ਦੈਟ ਵੀ ਆਰ ਸੀਇੰਗ ਵੀਲ ਟਾਕ ਅਬਾਊਟ ਦ ਟ੍ਰੈਂਡਸ ਫਾਰ 2019 ਬਟ ਬਿਫੋਰ ਦੈਟ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇਹ ਅਸੀਂ ਜੋ ਗੱਲ ਕੀਤੀ ਲੋਅਰ ਮੇਨਲੈਂਡ ਦੀ ਬਟ ਓਵਰਆਲ ਕੈਨੇਡਾ ਵਿੱਚ ਵੀ ਤੇ ਖਾਸ ਤੌਰ ਤੇ ਟੋਰਾਂਟੋ ਵੀ ਬੜੀ ਹੌਟ ਮਾਰਕੀਟ ਸੀ ਜਦੋਂ ਟੈਕਸ ਲੱਗਾ ਲੋਕਾਂ ਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਪਰ ਹੁਣ ਸੁਣ ਰਹੇ ਹਾਂ 2018 ਵਿੱਚ ਉੱਥੇ ਵੀ ਮਾਰਕੀਟ ਜਿਹੜੀ ਹੈ ਉਸ ਨੂੰ ਫਰਕ ਪਿਆ ਸੀ ਇਹਦੇ ਬਾਰੇ ਗੱਲ ਕਰਦੇ ਹਾਂ ਇਸ ਛੋਟੀ ਜੀ ਬ੍ਰੇਕ ਤੋਂ ਬਾਅਦ They have always been there for me from getting my dream car to celebrating life's special moments always bringing us joy and now my loved ones can make them a part of their life story family is what you make and they are a part of mine Basant Motors ਸਟ੍ਰੈਸ ਟੈਸਟ ਨੇ ਬਹੁਤ ਸਾਰੇ ਲੋਕਾਂ ਨੂੰ ਸਟ੍ਰੈਸ ਵਿੱਚ ਪਾ ਦਿੱਤਾ ਸਨ 2018 ਵਿੱਚ ਪਰ ਕੀ ਇਹ ਸਟ੍ਰੈਸ ਟੈਸਟ 2019 ਵਿੱਚ ਵੀ ਚੱਲਦਾ ਰਹੇਗਾ ਅਤੇ ਇਸਦਾ ਕੀ ਇੰਪੈਕਟ ਪਏਗਾ ਆਓ ਇਸ ਸੰਬੰਧ ਵਿੱਚ ਕੁਝ ਹੋਰ ਗੱਲਬਾਤ ਕਰਦੇ ਹਾਂ ਮਯੂਰ ਅਰੋੜਾ ਨਾਲ ਸੋ ਮਯੂਰ ਜੀ ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸਿਆ ਲੋਅਰ ਮੇਨਲੈਂਡ ਵਿੱਚ ਜੋ 80 rupees ਤੁਸੀਂ ਮੀਡੀਅਨ ਪ੍ਰਾਈਜ਼ ਦੱਸੇ ਨੇ ਮੇਰਾ ਸਵਾਲ ਸੀ ਓਵਰਆਲ ਕੈਨੇਡਾ ਨੂੰ ਜੋ ਤੁਸੀਂ ਦੇਖ ਰਹੇ ਹਾਂ ਇੱਥੇ ਤਾਂ ਇਹ ਲੱਗ ਗਿਆ ਟੈਕਸ ਉਸ ਕਰਕੇ 2% ਤੁਸੀਂ ਜਿਹੜਾ ਕਿਹਾ ਉਹਦਾ ਇੰਪੈਕਟ ਪਿਆ ਪਰ ਮੇਜਰ ਸਟ੍ਰੈਸ ਟੈਸਟ ਕਾਰਨ ਜਿਹੜਾ ਹੈਗਾ ਮਾਰਕੀਟ ਰੁਕ ਗਈ ਬਟ ਵਾਟ ਅਬਾਊਟ ਏਰੀਆਜ਼ ਲਾਈਕ ਟੋਰਾਂਟੋ ਜਦੋਂ ਇੱਥੇ ਮੈਨੂੰ ਯਾਦ ਇਹ ਲੱਗਾ ਸੀ ਫੋਰਨ ਬਾਇਰਸ ਟੈਕਸ ਤਾਂ ਸਾਰੇ ਫੋਰਨ ਬਾਇਰਸ ਉਹ ਟੋਰਾਂਟੋ ਵਾਲੇ ਪਾਸੇ ਜਾਣਾ ਸ਼ੁਰੂ ਹੋ ਗਏ ਸੀ ਟੋਰਾਂਟੋ ਦੀ ਡੈਡ ਮਾਰਕੀਟ ਜਿਹੜੀ ਸੀ ਉਹ ਬਹੁਤ ਹੀਟ ਅਪ ਹੋ ਗਈ ਪਰ ਹੁਣ ਉੱਥੇ ਵੀ ਉਹੀ ਹਾਲ ਹੋਇਆ ਕਿ ਉੱਥੇ ਵੀ ਸਟ੍ਰੈਸ ਟੈਸਟ ਦਾ ਅਸਰ ਹੋਇਆ ਜਾਂ ਕੁਝ ਹੋਰ ਹੋਇਆ ਸਟ੍ਰੈਸ ਟੈਸਟ ਇਜ਼ ਦ ਰੀਜ਼ਨ ਕਿ ਉੱਥੇ ਵੀ ਮਾਰਕੀਟ ਸਲੋ ਡਾਊਨ ਹੋਈ ਹੈ ਹੁਣ ਟੋਰਾਂਟੋ ਦੇ ਅੰਦਰ ਇੱਕ ਹੋਰ ਵੀ ਮਸਲਾ ਸੀਗਾ ਉਹ ਸੀਗਾ ਕਿ ਉੱਥੇ ਓਵਰ ਡਿਵੈਲਪਮੈਂਟ ਕਾਫੀ ਜ਼ਿਆਦਾ ਹੋ ਗਈ ਸੀ ਦੇ ਕਾਲ ਇਟ ਕੰਕਰੀਟ ਜੰਗਲ ਸੋ ਉੱਥੇ ਜਿਹੜਾ ਹੈਗਾ ਏਰੀਆ ਇਜ਼ ਐਕਸਪੈਂਡੇਬਲ ਆਪਣੇ ਜਿਹੜਾ ਲੋਅਰ ਮੇਨਲੈਂਡ ਏਰੀਆ ਹੈਗਾ ਆਈ ਮੀਨ ਫਰੋਮ ਨਾਰਥ ਵੈਂਕੂਵਰ ਟੂ ਲੈਟਸ ਸੇ ਚਿਲਵੈਕ ਤੱਕ ਕਹਿ ਲਓ ਐਂਡ ਇੱਥੋਂ ਕਹਿ ਲਓ ਵੀ ਰਿਚਮੰਡ ਤੋਂ ਲੈ ਕੇ ਪੋਰਟ ਮੂੜੀ ਤੱਕ ਜਿਹੜਾ ਲੰਬਾ ਸਟ੍ਰੈਚ ਹੈਗਾ ਆਪਣਾ ਇੱਕ ਪਾਸੇ ਨੂੰ ਸਾਡੇ ਵਾਟਰ ਪੈਂਦਾ ਪਾਣੀ ਪੈਂਦਾ ਸਮੁੰਦਰ ਪੈਂਦਾ ਇੱਕ ਪਾਸੇ ਨੂੰ ਮਾਊਂਟਨਸ ਨੇ ਦੂਜੇ ਪਾਸੇ ਨੂੰ ਫਿਰ ਜੇ ਹੋਰ ਨੌਰਥ ਜਾਈਏ ਤਾਂ ਉੱਥੇ ਹੈਬਿਟੇਬਲ ਨਹੀਂ ਹੈਗਾ ਵਿਸਟਰ ਤੱਕ ਲਿਮਿਟ ਹੈਗੀ ਹੈ ਥੱਲੇ ਚਿਲਵੈਕ ਤੋਂ ਥੱਲੇ ਫਿਰ ਮਾਊਂਟਨਸ ਆ ਜਾਂਦੇ ਸੋ ਜੇ ਦੇਖਿਆ ਜਾਵੇ ਆਪਣੇ ਓਵਰਆਲ ਇੰਪੈਕਟ ਜਿਹੜਾ ਹੈਗਾ ਯੂਜਲੀ ਜਿਹੜਾ ਸਲੋ ਡਾਊਨ ਹੁੰਦਾ ਵਾ ਇੱਥੇ ਲੋਅਰ ਮੇਨਲੈਂਡ ਦੇ ਅੰਦਰ ਇਟਸ ਅ ਟੈਂਪਰੀ ਸਲੋ ਡਾਊਨ ਟੈਂਪਰੀ ਪੌਜ਼ ਇਫ ਯੂ ਵਿਲ ਐਂਡ ਉਸ ਤੋਂ ਬਾਅਦ ਮਾਰਕੀਟ ਵਿਲ ਸਟਾਰਟ ਟੂ ਗੋ ਅਗੈਨ ਬਿਕੋਜ਼ ਏਰੀਆ ਲਿਮਿਟਡ ਏਰੀਆ ਕਰਕੇ ਜਿਹੜਾ ਟੋਰਾਂਟੋ ਦਾ ਏਰੀਆ ਹੈਗਾ ਜਾਂ ਓਨਟੇਰੀਓ ਦੇ ਉੱਪਰ ਲਾਈਏ ਉੱਥੇ ਕਾਫੀ ਵੱਡਾ ਐਕਸਪੈਂਸ਼ਨ ਦੀ ਏਜ ਆ ਗਈ ਹੈ ਜ਼ਿਆਦਾ ਹੈਗੇ ਤੇ ਉੱਥੇ ਉਹਨਾਂ ਨੇ ਡਿਵੈਲਪਮੈਂਟ ਵੀ ਬਹੁਤ ਕੀਤੀ ਸੀ ਸੋ ਉੱਥੇ ਸਲੋ ਡਾਊਨ ਇਸ ਕਰਕੇ ਵੀ ਆਇਆ ਹੈਗਾ ਇੱਕ ਤਾਂ ਸਟ੍ਰੈਸ ਟੈਸਟ ਕਰਕੇ ਦੂਜਾ ਰੀਜ਼ਨ ਹੈਗਾ ਕਿ ਉੱਥੇ ਲੈਂਡ ਇਜ਼ ਅਵੇਲੇਬਲ ਐਂਡ ਉਹਨਾਂ ਨੇ ਡਿਵੈਲਪਮੈਂਟ ਵੀ ਉਸ ਹਿਸਾਬ ਨਾਲ ਕੀਤੀ ਹੈ ਸੋ ਦੈਨ ਦੇਰ ਇਜ਼ ਅ ਲੋਟ ਆਫ ਇਨਵੈਂਟਰੀ ਅਵੇਲੇਬਲ ਇਨ ਦ ਮਾਰਕੀਟ ਸੋ ਯੂ ਟਾਕਡ ਕਿ ਹੁਣ ਪਰਿਵਾਰ ਰਲ ਕੇ ਜਿਹੜੇ ਨੇ ਉਹ ਘਰ ਲੈ ਰਹੇ ਨੇ ਕਿਉਂਕਿ ਫਿਊਚਰ ਇਹੀ ਨਜ਼ਰ ਆ ਰਿਹਾ ਜੇ ਸਟ੍ਰੈਸ ਟੈਸਟ ਰਹੇਗਾ ਜੀ ਇਸ ਸਮੇਂ ਮਾਰਕੀਟ ਕਿੱਥੇ ਖਲੋਤੀ ਹੈ ਜਨਵਰੀ ਦੇ ਮਹੀਨੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਵੇਅਰ ਡੂ ਯੂ ਸੀ ਦ ਮਾਰਕੀਟ ਇਨ ਦ ਲੋਅਰ ਮੇਨਲੈਂਡ ਕੀ ਇਹ ਹੁਣ ਨਾ ਬਾਇਰਸ ਮਾਰਕੀਟ ਹੈ ਨਾ ਸੈਲਰਸ ਮਾਰਕੀਟ ਹੈ ਤਾਂ ਇਸ ਮਾਰਕੀਟ ਨੂੰ ਤੁਸੀਂ ਕੀ ਕਹਿੰਦੇ ਹੋ ਡੈਡ ਮਾਰਕੀਟ ਕਹਿੰਦੇ ਹੋ ਕੀ ਕਹਿੰਦੇ ਹੋ ਇਹਨੂੰ ਬਾਇਰਸ ਮਾਰਕੀਟ ਹੀ ਕਹਾਂਗੇ ਓਕੇ ਲਾਸਟ ਈਅਰ ਜਿਹੜਾ ਬਿਗਨਿੰਗ ਆਫ ਲਾਸਟ ਈਅਰ ਸੀਗਾ ਅਤੇ 2016-17 ਇਜ਼ ਅ ਸੈਲਰਸ ਮਾਰਕੀਟ ਸੈਲਰਸ ਮਾਰਕੀਟ ਮੀਨਸ ਕਿ ਤੁਹਾਡੇ ਸ਼ੁਰੂ ਤੋਂ ਲਈ ਮੈਂ ਦੱਸ ਰਿਹਾ ਕਿ ਬਈ ਸੈਲਰਸ ਮਾਰਕੀਟ ਮੀਨਸ ਜਿੱਥੇ
ਸੈਲਰ ਡਿਕਟੇਟਸ ਦ ਟਰਮਸ ਆਫ ਦ ਸੇਲ ਵੀ ਸੈਲਰ ਨੇ ਕਰਨਾ ਵੀ ਕਿ ਮੇਰੀ ਇਹ ਪ੍ਰਾਈਸ ਹੈਗੀ ਹੈ ਜੇ ਲੈਣਾ ਲੈ ਲਓ ਨਹੀਂ ਲੈਣਾ ਨਾ ਰਾਈਟ ਸਿੰਪਲ ਐਸ ਦੈਟ ਜਿਹੜੇ ਬਾਇਰਸ ਮਾਰਕੀਟ ਹੁੰਦੀ ਹੈ ਉਹਦੇ ਵਿੱਚ ਬਾਇਰ ਡਿਕਟੇਟਸ ਦ ਟਰਮਸ ਬਾਇਰ ਕਹਿੰਦਾ ਵੀ ਮੇਰੀ ਇਹ ਆਫਰ ਜੇ ਤੁਸੀਂ ਨਹੀਂ ਲੈਣੀ ਕੋਈ ਗੱਲ ਨਹੀਂ ਮੈਂ ਹੋਰ ਘਰ ਲੈ ਲੈਣਾ ਮਾਰਕੀਟ 'ਚ ਪ੍ਰੋਪਰਟੀਜ਼ ਬਹੁਤ ਲੱਗੀਆਂ ਹੋਈਆਂ ਇਨਵੈਂਟਰੀ ਬਹੁਤ ਹੈਗੀ ਹੈ ਮੈਂ ਲੈ ਲੈਣਾ ਮਾਰਕੀਟ ਦੂਜੀ ਕੋਈ ਪ੍ਰੋਪਰਟੀ ਲੈ ਲਊਂਗਾ ਸੋ ਉਹ ਸੈਲਰਸ ਮਾਰਕੀਟ ਐਂਡ ਬਾਇਰਸ ਮਾਰਕੀਟ ਦਾ ਪਹਿਲਾ ਡਿਫਰੈਂਸ ਤਾਂ ਇਹ ਹੈਗਾ ਰਾਈਟ ਸੋ ਇਸ ਵੇਲੇ ਜਿਹੜੀ ਮਾਰਕੀਟ ਹੈਗੀ ਹੈ ਇਟ ਇਜ਼ ਅ ਬਾਇਰਸ ਮਾਰਕੀਟ ਸੋ ਬਾਇਰ ਜਿਹੜੇ ਨੇ ਦੇ ਆਰ ਡਿਕਟੇਟਿੰਗ ਦ ਟਰਮਸ ਰਾਈਟ ਦੇ ਆਰ ਸੇਇੰਗ ਕਿ ਵੀ ਮੇਰੀ ਆਫਰ ਤੁਹਾਡੇ ਆਸਕਿੰਗ ਤੋਂ ਵੀ 40,000 ਘੱਟ ਹੈ 50,000 ਘੱਟ ਹੈ ਜੇ ਲੈਣੀ ਲੈ ਲਓ ਨਹੀਂ ਲੈਣੀ ਮੈਂ ਕੁਛ ਹੋਰ ਲੈ ਲਾਂਗਾ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਰਾਈਟ ਸੋ ਉਹ ਕਿਉਂਕਿ ਜਿਹੜਾ ਬਾਇਰ ਹੈ ਜਿਹਦੀ ਫਾਈਨੈਂਸਿੰਗ ਥਰੂ ਹੋ ਰਹੀ ਹੈ ਉਹ ਆਪਣੇ ਆਪ ਨੂੰ ਦੇ ਕੰਸਿਡਰ ਦਮਸੈਲਵਸ ਗੋਲਡ ਉਹਨਾਂ ਦੇ ਕੋਲ ਪਾਵਰ ਹੈਗੀ ਹੈ ਕਿਉਂਕਿ ਅੱਜ ਕੱਲ੍ਹ ਜਿਹੜੀਆਂ ਆਫਰਾਂ ਆ ਰਹੀਆਂ ਪ੍ਰੋਪਰਟੀਆਂ 'ਤੇ ਮੈਂ ਨੋਟ ਕਰ ਰਿਹਾ ਹੈਗਾ ਐਂਡ ਉਸ ਤੋਂ ਬਾਅਦ ਜਿਹੜੀ ਜਦੋਂ ਆਫਰ ਤੋਂ ਬਾਅਦ ਸਬਜੈਕਟ ਜਿਹੜੇ ਰਿਮੂਵ ਨਹੀਂ ਕਰ ਪਾ ਰਹੇ ਹੈਗੇ ਲੋਕ ਬਿਕੋਜ਼ ਆਫ ਫਾਈਨੈਂਸਿੰਗ ਰੀਜ਼ਨ ਜਿਹੜਾ ਸਟ੍ਰੈਸ ਟੈਸਟ ਉਹਨਾਂ ਨੇ ਵਾਕਈ ਕਾਫੀ ਮਾਰਕੀਟਸ ਦੇ ਅੰਦਰ ਸਟ੍ਰੈਸ ਪਾਇਆ ਹੋਇਆ ਸੋ ਆਈ ਥਿੰਕ ਆਉਣ ਵਾਲੇ ਟਾਈਮ 'ਤੇ ਮੈਨੂੰ ਲੱਗਦਾ ਹੈਗਾ ਕਿ ਬਈ ਗਵਰਨਮੈਂਟ ਇੰਟਰਵੈਂਸ਼ਨ ਵਿਲ ਬੀ ਨੈਸੈਸਰੀ ਬਿਕੋਜ਼ ਇੱਕ ਘਰ ਦੇ ਪਿੱਛੇ ਅਰਾਊਂਡ 48 ਟ੍ਰੇਡਸ ਪੀਪਲ ਜਿਹੜੇ ਟ੍ਰੇਡਸ ਲੱਗਦੇ ਆ ਬਣਾਉਣ ਨੂੰ ਉਹ ਸਾਰੇ ਨੂੰ ਇਫੈਕਟ ਕਰ ਰਿਹਾ ਹੈਗਾ ਕਿਤੇ ਫਰੇਮਰ ਵੀ ਹੈਗੇ ਆ ਰੂਫਿੰਗ ਵਾਲੇ ਵੀ ਨੇ ਟਾਇਲਰ ਵੀ ਹੈਗੇ ਆ ਕੰਕਰੀਟ ਵਾਲੇ ਵੀ ਐਕਸਕੇਵੇਸ਼ਨ ਬਹੁਤ ਨੇ ਸੋ ਉਹ ਸਾਰਿਆਂ ਨੂੰ ਫਰਕ ਪੈ ਰਿਹਾ ਆਪਣੇ ਭਾਈਆਂ ਨੂੰ ਸਾਰਿਆਂ ਨੂੰ ਫਰਕ ਪੈ ਰਿਹਾ ਹੈਗਾ ਸੋ ਜਿਹੜੀ ਡਿਵੈਲਪਮੈਂਟ ਦੀ ਜਦੋਂ ਅਸੀਂ ਗੱਲ ਕਰਨੇ ਕੀ ਹੁਣ ਡਿਵੈਲਪਰਸ ਜਿਹੜੇ ਨੇ ਰੁਕ ਗਏ ਨੇ ਆਰ ਦੇ ਵੇਟਿੰਗ ਫੋਰ ਦਾ ਮਾਰਕੀਟ ਟੂ ਚੇਂਜ ਇਸ ਕਰਕੇ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ ਜਾਂ ਉਹ ਅਜੇ ਚੱਲ ਰਹੀ ਹੈ ਅਤੇ ਉਹ ਚੱਲਦੀ ਰਹੇਗੀ ਤੁਹਾਡੇ ਹਿਸਾਬ ਨਾਲ ਜਿਹੜੀ ਮਾਰਕੀਟ ਟ੍ਰੈਂਡ ਮੈਂ ਨੋਟ ਕਰ ਰਿਹਾ ਡਿਵੈਲਪਰਸ ਦੇ ਪੁਆਇੰਟ ਆਫ ਵਿਊ ਜਿੱਦਾਂ ਤੁਸੀਂ ਕਹਿ ਰਹੇ ਹੋ ਜਿਹੜੇ ਤਾਂ ਵੱਡੇ ਡਿਵੈਲਪਰ ਨੇ ਲਾਈਕ ਓਨੀ ਗਰੁੱਪ ਹੈਗਾ ਜਾਂ ਮਾਰਕੋਨ ਗਰੁੱਪ ਨੇ ਇੱਦਾਂ ਵੱਡੇ ਗਰੁੱਪ ਹੈਗੇ ਨੇ ਤੀਨ ਸ਼ੇਅਰ ਗਰੁੱਪ ਹੈਗੇ ਦੇ ਆਰ ਬਾਇੰਗ ਲੈਂਡਸ ਦੇ ਬਿਕੋਜ਼ ਦੇ ਹੈਵ ਡੀਪ ਪਾਕਿਟਸ ਜਿਹਨੂੰ ਕਹਿੰਦੇ ਰਾਈਟ ਉਹਨਾਂ ਕੋਲ ਕਪੈਸਿਟੀ ਹੈਗੀ ਹੈ ਪਰਚੇਸ ਕਰਨ ਦੀ ਸੋ ਉਹ ਜਿਹੜੇ ਨੇ ਉਹਦਾ ਉਸ ਸਾਈਜ਼ ਦੇ ਜਿਹੜੇ ਡਿਵੈਲਪਰ ਨੇ ਦੇ ਆਰ ਬਾਇੰਗ ਪਰ ਜਿਹੜੇ ਛੋਟੇ ਡਿਵੈਲਪਰ ਹੈ ਜਿਹੜੇ ਇੱਕ ਜਾਂ ਦੋ ਘਰ ਬਣਾਉਂਦੇ ਇੱਕ ਟਾਈਮ 'ਤੇ ਜਾਂ ਤਿੰਨ ਚਾਰ ਘਰ ਬਣਾਉਂਦੇ ਇੱਕ ਟਾਈਮ 'ਤੇ ਉਹਨਾਂ ਨੂੰ ਕਾਫੀ ਇੰਪੈਕਟ ਪੈ ਰਿਹਾ ਹੈਗਾ ਇਹਦਾ ਫਾਈਨੈਂਸਿੰਗ ਦਾ ਵੀ ਐਂਡ ਉਹਨਾਂ ਦੀ ਰਿਲੇਸ਼ਨਸ਼ਿਪ ਵਿਦ ਦ ਬੈਂਕ ਇਜ਼ ਨਾਟ ਦ ਸੇਮ ਅਗੇਨ ਐਜ਼ ਜਿਹੜੇ ਵੱਡੇ ਡਿਵੈਲਪਰ ਦੇ ਹੈਗੇ ਆ ਆਫ ਕੋਰਸ ਜੀ ਜਿੱਥੇ ਤੁਸੀਂ ਬੈਂਕ ਇੰਟਰਸਟ ਰੇਟਸ ਦੀ ਗੱਲ ਕਰਦੇ ਹੈਗੇ ਹੋ ਜੋ ਅਸੀਂ 2018 'ਚ ਦੇਖਿਆ ਬਹੁਤ ਵਾਰ ਕੀ ਇੰਟਰਸਟ ਜਿਹੜਾ ਰੇਟ ਸੀ ਉਹ ਵਧਾ ਦਿੱਤਾ ਗਿਆ ਓਵਰਨਾਈਟ ਇੰਟਰਸਟ ਰੇਟ ਜਿਸਨੂੰ ਅਸੀਂ ਕਹਿੰਦੇ ਹਾਂ ਪਰ ਇਸ ਸਾਲ ਜੋ ਇੰਡੀਕੇਸ਼ਨਸ ਆ ਰਹੀਆਂ ਨੇ ਕਿ ਸ਼ਾਇਦ ਇਹ ਰੇਟ ਨਾ ਵਧਣ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਆਈ ਥਿੰਕ ਰੇਟਸ ਜਿਹੜਾ ਹੁਣ ਆਉਣ ਵਾਲੇ ਟਾਈਮ 'ਤੇ ਜਿਹੜੀ ਜਨਵਰੀ ਦੇ ਵਿੱਚ ਜਨਵਰੀ ਆਈ ਥਿੰਕ 22 ਜਾਂ 23 ਨੂੰ ਮੀਟਿੰਗ ਸੀਗੀ ਉਹਦੇ ਵਿੱਚ ਇਹਨਾਂ ਨੇ ਰੇਟ ਨੂੰ ਹੋਲਡ ਕਰ ਲਿਆ ਹੈਗਾ ਐਂਡ ਦ ਰੀਜ਼ਨ ਉਹਨਾਂ ਨੇ ਦਿੱਤਾ ਕਿ ਬਈ ਗਲੋਬਲ ਇਕਨੋਮਿਕ ਅਨਸਰਟਨਟੀ ਦੈਟਸ ਦ ਰੀਜ਼ਨ ਦੇ ਆਰ ਸੇਇੰਗ ਦੈਟ ਰਾਈਟ ਸੋ ਦੂਜੀ ਗੱਲ ਇਹ ਹੈਗੀ ਇਹਦਾ ਕਾਫੀ ਸੰਬੰਧ ਜਿਹੜਾ ਹੈਗਾ ਓਇਲ ਬੌਂਡ ਮਾਰਕੀਟ ਸ਼ੇਅਰ ਮਾਰਕੀਟ ਦੇ ਨਾਲ ਵੀ ਹੁੰਦਾ ਹੈ ਰਾਈਟ ਸੋ ਜਿਹੜਾ ਹੁਣ ਆਪਣੇ US ਦੇ ਅੰਦਰ ਅਨਸਰਟਨਟੀ ਕਲਾਈਮੇਟ ਹੈਗਾ ਚਾਈਨਾ ਦੇ ਨਾਲ ਟ੍ਰੇਡ ਡਿਸਪਿਊਟ ਚੱਲ ਰਿਹਾ ਸਾਰਾ ਕੁਝ ਉਹਦੇ ਕਰਕੇ ਕੈਨੇਡੀਅਨ ਗਵਰਨਮੈਂਟ ਨੇ ਕੀ ਇੰਟਰਸਟ ਨੂੰ ਹੋਲਡ ਕੀਤਾ ਵਾ ਐਂਡ ਦੇ ਆਰ ਪ੍ਰੈਡਿਕਟਿੰਗ ਐਂਡ ਦੇ ਆਰ ਆਲਸੋ ਸਾਈਟਿੰਗ ਕਿ ਬਈ ਹਾਊਸਿੰਗ ਜਿਹੜੀ ਹੈ ਸਲੋ ਡਾਊਨ ਹੋ ਰਹੀ ਹੈ ਪਰ ਜਿਹੜੀਆਂ ਹਾਊਸਿੰਗ ਦੀ ਰਿਪੋਰਟਾਂ ਆਉਣੀਆਂ ਉਹ ਡਿਸੰਬਰ ਜਨਵਰੀ ਫੈਬਰੀ ਦੀ ਰਿਪੋਰਟ ਮਾਰਚ ਦੇ ਵਿੱਚ ਆਊਗੀ ਉਹਦੇ ਅੰਦਰ ਫਿਰ ਮਾਰਚ ਨੂੰ ਉਹਨਾਂ ਨੇ ਜਦੋਂ ਉਹ ਰਿਪੋਰਟ ਦੇਖੀ ਕਿ ਬਈ ਸਲੋ ਡਾਊਨ ਹੈ ਆਈ ਥਿੰਕ ਮੇਰੀ ਪ੍ਰੈਡਿਕਸ਼ਨ ਇਹ ਹੈਗੀ ਹੈ ਕਿ ਦੇ ਵਿਲ ਹੋਲਡ ਦ ਰੇਟ ਵਨ ਮੋਰ ਟਾਈਮ ਇਸ ਵੇਲੇ ਜਿਹੜਾ ਹੈਗਾ ਇਟਸ ਪ੍ਰੋਬਬਲੀ ਅ ਵੈਰੀ ਵੈਰੀ ਗੁੱਡ ਟਾਈਮ ਟੂ ਪਰਚੇਸ ਅ ਹੋਮ ਬਿਕੋਜ਼ ਇੰਟਰਸਟ ਰੇਟ ਇਸ ਤੋਂ ਥੱਲੇ ਆਈ ਡੋਂਟ ਨੋ ਕਿ ਜਾਣਗੇ ਕਿ ਨਹੀਂ ਜਾਣਗੇ ਰਾਈਟ ਸੈਲਰਸ ਅਤੇ ਬਾਇਰਸ ਇਹ ਦੋ ਮਹੱਤਵਪੂਰਨ ਰੋਲ ਪਲੇ ਕਰਦੇ ਪਰ ਉਸਦੇ ਨਾਲ ਰੈਂਟਰਸ ਵੀ ਰੋਲ ਪਲੇ ਬਹੁਤ ਇੰਪੋਰਟੈਂਟ ਕਰਦੇ ਨੇ ਹਾਊਸਿੰਗ ਅਫੋਰਡੇਬਿਲਿਟੀ ਦਾ ਇਹ ਨਾਰਾ ਬੜੀ ਦੇਰ ਤੋਂ ਚੱਲ ਰਿਹਾ ਹੈਗਾ ਅਤੇ ਇਹਦਾ ਇੰਪੈਕਟ ਤਾਂ ਪੈਣਾ ਚਾਹੀਦਾ ਸੀ ਕਿ ਜਿਹੜਾ ਇੰਟਰਸਟ ਰੇਟ ਜਿਹੜਾ ਹੈਗਾ ਉਹ ਤਾਂ ਆਫਕੋਰਸ ਜਿਹੜੇ ਵੇਰੀਏਬਲ ਨੇ ਉਹਨਾਂ ਨੂੰ ਤਾਂ ਫਰਕ ਪਏਗਾ ਜਿਹਨਾਂ ਦਾ ਫਿਕਸਡ ਉਹਨਾਂ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਮੁੱਖ ਤੌਰ ਦੇ ਉੱਤੇ ਰੈਂਟਰਸ ਦੇ ਬਾਰੇ ਮੈਂ ਤੁਹਾਡੇ ਨਾਲ ਵਿਸਥਾਰ ਵਿੱਚ ਗੱਲਬਾਤ ਕਰਨਾ ਚਾਹਾਂਗਾ ਲੇਕਿਨ ਇੱਕ ਲੈਂਦੇ ਹਾਂ ਬ੍ਰੇਕ ਕਿਉਂਕਿ ਜਿਹੜੇ ਸਰੀ ਦੇ ਵਿੱਚ ਘਰ ਪਹਿਲਾਂ 700-800 ਦੇ ਵਿੱਚ ਬੇਸਮੈਂਟਾਂ ਮਿਲ ਜਾਂਦੀਆਂ ਸੀ ਉਹ 1400-1500 ਦੇ ਚਲੀ ਗਈਆਂ ਅਤੇ ਜਿਹੜੇ ਘਰ ਸਨ ਜਾਂ ਈਵਨ ਕੌਂਡੋ ਸਨ ਉਹ ਵੀ ਬਿਓਂਡ ਰੀਚ ਹੋ ਗਏ ਪਰ ਕੀ ਤੁਹਾਨੂੰ ਲੱਗਦਾ ਤੁਹਾਡੇ ਕੀ ਫਿਊਚਰ ਤੁਸੀਂ ਦੇਖ ਰਹੇ ਹੋ ਕੀ ਇਹ ਰੈਂਟਰਸ ਨੂੰ ਕੁਛ ਇਸਦਾ ਬੈਨੀਫਿਟ ਮਿਲੇਗਾ ਆਉਣ ਵਾਲੇ ਸਮੇਂ ਵਿੱਚ ਕੀ ਘਰਾਂ ਦੇ ਖਾਸ ਤੌਰ 'ਤੇ ਕੌਂਡੋਜ਼ ਜਿਹੜੇ ਕਿ ਚੀਪਸਟ ਨੇ ਉਹਨਾਂ ਦੇ ਪ੍ਰਾਈਜ਼ ਥੱਲੇ ਨੂੰ ਜਾਣਗੇ ਜਾਂ ਪ੍ਰਾਈਜ਼ ਦੇ ਵਿੱਚ ਕਾਫੀ ਕਮੀ ਨਜ਼ਰ ਆ ਸਕਦੀ ਹੈ ਸੈਲਰਸ ਨੂੰ ਕੀ ਕਰਨ ਦੀ ਲੋੜ ਹੈ ਬਾਇਰਸ ਨੂੰ ਕੀ ਕਰਨ ਦੀ ਲੋੜ ਹੈ ਅਤੇ ਰੈਂਟਰਸ ਨੂੰ ਕੀ ਕਰਨ ਦੀ ਲੋੜ ਹੈ ਇਹਦੇ ਬਾਰੇ ਡਿਸਕਸ਼ਨ ਕਰਨੇ ਹਾਂ ਇਸ ਬ੍ਰੇਕ ਤੋਂ ਬਾਅਦ ਅੱਜ ਕੱਲ੍ਹ ਦੀ ਮਾਰਕੀਟ ਵਿੱਚ ਆਪਣੇ ਘਰ ਨੂੰ ਛੇਤੀ ਵੇਚਣ ਦੀ ਸੋਚ ਰਹੇ ਹੋ ਤਾਂ ਫਿਰ ਸਟੇਜਿੰਗ ਜ਼ਰੂਰ ਕਰਾ ਲਓ ਖਾਲੀ ਘਰ ਅਨਇਨਵਾਈਟਿੰਗ ਅਤੇ ਕੋਲਡ ਲੱਗਦਾ ਹੈ ਜਦਕਿ ਸਟੇਜ ਕੀਤਾ ਹੋਇਆ ਘਰ ਵਾਰਮਥ ਕਲਰ ਅਤੇ ਖਾਲੀ ਜਗ੍ਹਾ ਨੂੰ ਵਧੀਆ ਬਣਾ ਦਿੰਦਾ ਹੈ ਆਪਣੇ ਘਰ ਨੂੰ ਸੇਲ 'ਤੇ ਲਾਉਣ ਤੋਂ ਪਹਿਲਾਂ ਇੱਕ ਵਾਰ ਐਨ ਐਲੀਗੈਂਟ ਟੱਚ ਹੋਮ ਸਟੇਜਿੰਗ ਅਤੇ ਡਿਜ਼ਾਈਨ ਦੀ ਰੀਟਾ ਚੌਹਾਨ ਨਾਲ ਗੱਲ ਜ਼ਰੂਰ ਕਰ ਲਓ ਤਾਂ ਕਿ ਉਹ ਆਪਣੇ ਸਕਿੱਲਸ ਅਤੇ ਐਕਸਪੀਰੀਅੰਸ ਨਾਲ ਤੁਹਾਡੇ ਘਰ ਨੂੰ ਟੌਪ ਡਾਲਰਸ ਵਿੱਚ ਵੇਚਣ ਵਿੱਚ ਤੁਹਾਡੀ ਮਦਦ ਕਰ ਸਕਣ
एंड एलिगेंट टच डॉट सी ते जाओ। वंस अगेन वेलकम बैक टू द प्रोग्राम। मयूर अरोड़ा नाल चल रही है गलबात कि की होएगा ट्रेंड इस साल रियल एस्टेट का, खास तौर उत्ते असी जो लोअर मेनलैंड देख रहे हैं तो उदे विच भी फ्रेजर वैली ते ग्रेटर वैंकूवर बोर्ड जड़ा हैगा, इहदा की अगे तत्थ जड़े ने सानू ध्यान च रखने की लोड़ है। एंड ऑफकोर्स बायर्स जड़े ने वो चाह रहे हैं कि घट तो घट कीमत दे के घर लिया जाए, पर फिर भी प्रॉब्लम आ रही है कि स्ट्रेस टेस कारण मॉर्गेज अप्रूव नहीं हो रही। सैलरस की अजे भी अड़े हुए हैं जोड़े प्राइजेस पहला उन्होंने मुकर्र किए थे, या कुछ चेंजेस आ रहे हैं, तो रेंटर्स की करन और इन्हों के उत्ते कुछ जानकारी लें मयूर अरोड़ा तो। सो हुण सैलरस की गल कर लीजिए, एक प्राइस लिमिट जो सैट किया एज अ मैटर ऑफ फैक्ट कोई लॉट लैके घर बना के अल्टीमेटली जोड़ा भी बना रहा है उसका मकसद है कुछ प्रॉफिट हो, पर तुसी की देख रहे हो सैलरस लई तुहाडे लई की हदायत होएगी जां की तुहाडे वास्ते एडवाइस होएगी फ्रॉम योर एक्सपीरियंस? जिहड़ा ट्रेंड मैं डिसंबर दे विच देखिया रवि जी, इट वॉज जिहड़े सैलर सीगे ओह 6-8 महीने पहलां दा सोच रहे सीगे, राइट। जिहड़े बायर सीगे ओह सोच रहे भई प्राइसां थल्ले नूं जा रही हैं, ओह 6-8 महीने अगे सोच रहे ने। सो नोबडी वॉज लिविंग इन द मोमेंट, कोई भी नहीं रह रहा सी उस समय दे अंदर, कोई नहीं सीगा, सारे कोई पिछे सोच रहे सी, कोई अगे देख रहे सी। डिसंबर दा महीना इदां ही लंघिया जी। ਜਿਹੜਾ ਹੁਣ ਜਨਵਰੀ ਦੇ ਅੰਦਰ ਮੈਂ ਬਿਗਨਿੰਗ ਹੋਈ ਹੋ ਗਈ ਹੈ ਨਿਊ ਈਅਰਸ ਤੋਂ ਬਾਅਦ ਮੈਂ ਦੇਖ ਰਿਹਾ ਟ੍ਰੈਂਡ, ਥੋੜ੍ਹੀ ਜਿਹੀ ਐਕਟੀਵਿਟੀ ਮਾਰਕੀਟ ਦੇ ਅੰਦਰ ਨੋਟਵਰਦੀ ਹੈਗੀ ਕਿ ਵੀ ਦੇਰ ਇਜ਼ ਸਮ ਐਕਟੀਵਿਟੀ ਨਾਓ, ਦੇਰ ਇਜ਼ ਅ ਫਿਊ ਹੋਮਸ ਬੀਂਗ ਸੋਲਡ, ਦੇਰ ਇਜ਼ ਸਮ ਮੋਰ ਸੋਲਡ ਸਟਿਕਰਸ ਇਫ ਯੂ ਡਰਾਈਵਿੰਗ ਯੂ ਕੈਨ ਸੀ। ਜਿਹੜਾ ਮੈਂ ਕੌਸ਼ਨ ਕਰਨਾ ਚਾਹੁੰਦਾ ਜਿਹੜੇ ਸੈਲਰਸ ਹੈਗੇ ਆ ਕਿ ਬਈ ਆਉਣ ਵਾਲਾ ਟ੍ਰੈਂਡ ਵੀ ਇਟ ਮੋਸਟ ਲਾਈਕਲੀ ਇਟ ਵਿਲ ਟੇਕ ਅਬਾਊਟ 1 ਸਾਲ ਲੱਗਣਾ, ਉਸ ਤੋਂ ਅੱਗੇ ਜਾ ਕੇ ਸਾਲ ਤੋਂ ਬਾਅਦ ਜਿਹੜੀ ਮਾਰਕੀਟ ਹੈਗੀ ਆ ਆਈ ਫੀਲ ਇਟ ਵਿਲ ਸਟਾਰਟ ਟੂ ਗੋ ਅਪ ਅਗੇਨ। ਜਿੰਨੀ ਚਿਰ ਦੇ ਵਿੱਚ ਮੈਨੂੰ ਲੱਗਦਾ ਕਿ ਵੀ ਕੁਛ ਨਾ ਕੁਛ ਇੱਕ ਗਵਰਨਮੈਂਟ ਇੰਟਰਵੈਂਸ਼ਨ ਹੋਣੀ ਹੈ, ਉਦੋਂ ਜਦੋਂ ਸਟ੍ਰੈਸ ਟੈਸਟ ਨੂੰ ਘਟਾ ਦਿਆ ਗਿਆ ਜਾਂ ਐਮੋਰਟਾਈਜੇਸ਼ਨ ਲੋਨ ਦੀ ਜਿਹੜੀ ਹੈ ਉਹਨੂੰ ਵਧਾਇਆ ਜਾਏ ਅਤੇ ਪੇਮੈਂਟ ਅਫੋਰਡੇਬਲ ਕਰਤੀ ਜਾਵੇ, ਉਹਦੇ ਹਿਸਾਬ ਨਾਲ ਫਿਰ ਮਾਰਕੀਟ ਦਾ ਕੋਈ ਫਰਕ ਪੈ ਸਕਦਾ ਹੈਗਾ। ਆਈ ਥਿੰਕ 1 year ਵੀ ਆਰ ਲੁਕਿੰਗ ਐਟ ਅ ਵੈਰੀ ਸਟੇਬਲ ਸੋਰਟ ਆਫ ਅ ਮਾਰਕੀਟ। ਪਰ ਜਿਹੜੇ ਸੈਲਰ ਹੈਗੇ ਆ ਮੈਂ ਉਹਨਾਂ ਨੂੰ ਐਡਵਾਈਸ ਦੇਣਾ ਕਿ ਬਈ ਜਿਹੜੀ ਤੁਹਾਡੀ ਪ੍ਰਾਈਸਿਸ ਹੈਗੀ ਹੈ ਡੋਂਟ ਚੇਸ ਡਾਊਨ ਦ ਮਾਰਕੀਟ, ਮਾਰਕੀਟ ਨੂੰ ਚੇਸ ਡਾਊਨ ਨਾ ਕਰਿਓ, ਬਈ ਜਿਹੜੀ ਮਾਰਕੀਟ ਦੀ ਜੈਨੂਇਨ ਪ੍ਰਾਈਸ ਹੈ ਤੁਹਾਡੇ ਰੀਅਲਟਰ ਤੁਹਾਨੂੰ ਦੱਸਦੇ ਹੈ ਕਿ ਬਈ ਆਹ ਮਾਰਕੀਟ ਦੀ ਪ੍ਰਾਈਸ ਹੈਗੀ ਹੈ ਇਹਦੇ 'ਤੇ ਵਿਕਣਾ, ਮੇਰੇ ਹਿਸਾਬ ਨਾਲ ਅੱਜ ਕੱਲ੍ਹ ਪਹਿਲਾਂ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਬਈ ਤੁਸੀਂ ਪ੍ਰਾਈਸ ਜਿਹੜੀ ਹੈਗੀ ਹੈ ਮਾਰਕੀਟ ਦੇ ਨਾਲ ਲਾਓ, ਇਹ ਨਾ ਸੋਚੋ ਬਈ ਕਿ 6 ਮਹੀਨੇ ਪਹਿਲਾਂ ਮੇਰੇ ਨੇਬਰ ਨੇ ਵਿੱਚ ਜਾਂ ਇਹਨਾਂ ਦੇ ਵਿੱਚ ਹੈ, ਉਹ ਨਹੀਂ ਹੋਣਾ, ਹੁਣ ਉਹ ਦਿਨ ਚੱਲ ਗਏ ਹੈ। ਸੋ ਯਾ ਇਹ ਹੈਗਾ ਬਾਇਰਸ ਇਹ ਚਾਹ ਰਹੇ ਨੇ ਕਿ ਜੀ 1 ਰੁਪਏ ਦੀ 1 ਡਾਲਰ ਦੀ ਜਿਹੜੀ ਚੀਜ਼ ਸਾਨੂੰ 25 ਸੈਂਟ 'ਚ ਮਿਲ ਜਾਏ, ਕੀ ਇਹ ਹੋਏਗਾ ਬਾਇਰਸ ਵਾਸਤੇ? ਤੁਹਾਨੂੰ ਕੀ ਐਡਵਾਈਸ ਦਿਓਗੇ? ਡਾਲਰ ਦੀ 25 ਤਾਂ ਨਹੀਂ ਮਿਲਣੀ ਪਰ 90 ਤਾਂ ਮਿਲ ਰਹੀ ਹੈ, ਠੀਕ ਹੈ। ਹਾਂਜੀ, ਥੋੜ੍ਹਾ ਜਿਹਾ ਫਰਕ ਪੈ ਗਿਆ ਹੈਗਾ ਇਸ ਵੇਲੇ, ਐਂਡ ਆਈ ਥਿੰਕ ਜਿਹੜਾ ਡਾਲਰ ਦੇ ਅੰਦਰ ਜਿਹੜੀ ਤੁਸੀਂ ਕਹਿੰਦੇ ਐਗਜ਼ਾਮਪਲ ਡਾਲਰ ਦੀ ਚੀਜ਼ ਹੈ, $1 million ਦਾ ਘਰ ਜਿਹੜਾ ਸੀਗਾ ਉਹ ਅਰਾਊਂਡ 9,900-9,920 ਦੇ ਅੰਦਰ ਇਟ ਇਜ਼ ਦੇਅਰ ਨਾਓ। ਜਿਹੜਾ 2017 'ਚ ਮਿਲੀਅਨ ਦਾ ਵਿਕਿਆ ਉਹ ਹੁਣ 9,920 'ਤੇ ਆ ਗਿਆ, ਰਾਈਟ। ਪਰ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ 9 ਦਾ 5 ਤੱਕ ਵੀ ਜਾ ਸਕਦਾ? ਆਈ ਡੋਂਟ ਥਿੰਕ ਸੋ, ਰਾਈਟ। ਉਹ ਮੈਨੂੰ ਬਾਇਰਸ ਦੀ ਐਡਵਾਈਸ ਹੈਗੀ ਹੈ ਬਈ ਜਿਹੜੀ ਚੀਜ਼ ਤੁਹਾਨੂੰ ਮਿਲ ਰਹੀ ਹੈ ਜੇ ਪਸੰਦ ਹੈਗੀ ਹੈ, ਜੇ ਤੁਸੀਂ ਆਪ ਲੈਣਾ, 10,000-20,000 ਉੱਪਰ ਨੀਚੇ ਦਾ ਕੋਈ ਫਰਕ ਨਹੀਂ ਹੈਗਾ, ਤੁਸੀਂ ਡੀਲ ਕਰਕੇ ਉਹਨੂੰ ਫਿਨਿਸ਼ ਕਰੋ, ਬਿਕੋਜ਼ ਰੀਜ਼ਨ ਬੀਇੰਗ ਕਿ ਕੱਲ੍ਹ ਨੂੰ ਜੇ ਮਾਰਕੀਟ ਦੁਬਾਰਾ ਤੱਤੀ ਹੋ ਗਈ ਦੈਨ ਯੂ ਵਿਲ ਬੀ ਲੈਫਟ ਬਿਹਾਈਂਡ ਅਗੇਨ। ਰੈਂਟਰਸ ਨੂੰ ਕੀ ਕਹਿਣਾ ਚਾਹੋਗੇ? ਰੈਂਟਰਸ ਦੇ ਕਾਰਨ ਜਿਹਦੇ ਕਰਕੇ ਇਹ ਸਭ ਕੁਝ ਚੱਲਾਂ ਗੱਲਾਂ ਚੱਲੀਆਂ ਸੀ ਉਹ ਤਾਂ ਅਫੋਰਡੇਬਿਲਿਟੀ, ਹਾਂ ਬਿਲਕੁਲ, ਐਂਡ ਰਾਦਰ ਬੇਸਮੈਂਟ ਇਜ਼ ਨਾਟ ਅਫੋਰਡੇਬਲ ਨਾਓ। $1,500 ਦੀ ਬੇਸਮੈਂਟ ਰੱਖ ਕੇ ਜੀ ਜੀ ਹਾਊ ਕੈਨ ਯੂ ਅਫੋਰਡ ਜੇ ਤੁਹਾਡਾ 1,500-2,000 ਤੁਹਾਡੀ ਤਨਖਾਹ ਹੈਗੀ? ਜੀ ਬਿਲਕੁਲ। ਸੋ ਬੇਸਮੈਂਟ ਦਾ ਜਿਹੜਾ ਹੈਗਾ ਜੀ, ਬੇਸਮੈਂਟ ਯੂਅਰ ਰਾਈਟ, ਕਈ ਕਈ ਏਰੀਆ ਦੇ ਵਿੱਚ 1 bedroom ਦੀ ਬੇਸਮੈਂਟ ਅੱਜ ਕੱਲ੍ਹ ਜਿਹੜੇ ਤੁਸੀਂ ਸਰੀ ਦੇ ਅੰਦਰ ਦੇਖਦੇ ਆ ਜਾਂ ਕਿਤੇ ਵੀ, ਇਟ ਇਜ਼ ਅਰਾਊਂਡ ਕਲੋਜ਼ ਟੂ ਅਬਾਊਟ $1,000 ਦਾ ਰੈਂਟ ਹੈਗਾ। ਜਿਹੜਾ 2 bedroom ਨੇ ਉਹ 1,400-1,500 ਨੂੰ ਚੜ੍ਹਦੀ, 1,300-1,400 ਡਿਪੈਂਡਿੰਗ ਜੇ ਲਾਂਡਰੀ ਹੈ ਨਹੀਂ ਹੈ, ਰਾਈਟ। ਹੁਣ ਗੱਲ ਇਹ ਹੈਗੀ ਹੈ ਜੀ ਰਪ੍ਰੀਤ ਜੀ ਕਿ ਜਿਹੜਾ ਰੈਂਟਰ ਹੈ ਜਦੋਂ ਰੈਂਟ ਇੰਨਾ ਹਾਈ ਹੋ ਜਾਂਦਾ ਫਿਰ ਰੈਂਟਰ ਵੀ ਸੋਚਣ ਲੱਗ ਪੈਂਦਾ ਕਿ ਜੇ ਮੈਂ ਡਾਊਨ ਪੇਮੈਂਟ ਆਪਣੀ ਅਰੇਂਜ ਕਰ ਲਵਾਂ ਤੇ ਬਈ ਮੇਰੀ ਤਾਂ ਮੌਰਗੇਜ ਹੀ ਇੰਨੇ ਦੀ ਬਣਨੀ, ਕੌਂਡੋ ਮੈਂ ਕਿਉਂ ਨਾ ਕੋਈ ਕੌਂਡੋ ਲੈ ਲਵਾਂ, ਰਾਈਟ। ਸੋ ਉਸ ਕਰਕੇ ਜਿਹੜੀ ਥੋੜ੍ਹੀ ਜਿਹੀ ਮਾਰਕੀਟ ਦਾ ਟ੍ਰੈਂਡ ਹੈ ਲੋਅਰ ਐਂਡ ਕੌਂਡੋਜ਼ ਦਾ, ਜਿਹੜੇ 2.5 lakh ਤੋਂ ਲੈ ਕੇ 3.5 lakh ਤੱਕ ਹੈਗੇ ਆ, ਉਹ 1 bedroom ਕੌਂਡੋ ਜਿਹੜੇ ਨੇ ਉਹ ਵਿਕਣ ਲੱਗ ਪਏ ਸੀਗੇ ਕਾਫੀ ਜ਼ਿਆਦਾ, ਬਿਕੋਜ਼ ਉਹਦਾ ਰੀਜ਼ਨ ਇਹ ਸੀਗਾ ਕਿ ਵੀ ਜਦੋਂ ਰੈਂਟ ਇਜ਼ ਆਲਮੋਸਟ ਮੋਰ ਦੈਨ ਯੋਰ ਮੌਰਗੇਜ ਤੇ ਫਿਰ ਲੋਕੀ ਕਹਿੰਦੇ ਵੀ ਆਪਾਂ ਲਈ ਕਿਉਂ ਨਾ ਲਈਏ। ਸੋ ਰੈਂਟਰ ਲਈ ਮੇਰੀ ਐਡਵਾਈਸ ਇਹ ਹੈਗੀ ਹੈ ਕਿ ਵੀ ਜੇ ਤੁਸੀਂ ਡਾਊਨ ਪੇਮੈਂਟ ਨੂੰ ਅਫੋਰਡ ਕਰ ਸਕਦੇ ਆ, ਮੇਰੇ ਹਿਸਾਬ ਨਾਲ ਇਸ ਤੋਂ ਬੈਟਰ ਟਾਈਮ ਨਾ ਪਿਛਲੇ 5 ਸਾਲ 'ਚ ਸੀਗਾ ਨਾ ਮੈਨੂੰ ਲੱਗਦਾ 5 ਸਾਲ ਦੇ ਵਿੱਚ ਆਊਗਾ। ਆਈ ਥਿੰਕ ਦਿਸ ਇਜ਼ ਦ ਰਾਈਟ ਟਾਈਮ ਫਾਰ ਅ ਰੈਂਟਰ ਟੂ ਮੇਕ ਦ ਮੂਵ ਐਂਡ ਲੁੱਕ ਇਨ ਟੂ ਬਾਇੰਗ ਅ ਪ੍ਰੋਪਰਟੀ। ਵਟ ਵੁੱਡ ਯੂ ਸੇ ਅਬਾਊਟ ਦੋਸ ਪੀਪਲ ਹੂ ਹੈਡ ਸਪੈਕੂਲੇਟਿਡ ਤੇ ਕਈਆਂ ਨੇ ਜਿਹੜੇ ਹੈਗੇ ਸੀ ਕੌਂਡੋਜ਼ ਜਾਂ ਟਾਊਨ ਹਾਊਸਿਸ ਬੁੱਕ ਕਰਾ ਲਏ ਕਿ ਅਜੇ ਇਮਾਰਤ ਬਣਨੀ ਹੈ ਪਰ ਪਹਿਲਾਂ ਹੀ 10-15,000 ਦੇ ਕੇ ਰੱਖ ਲਏ,
ਉਹਨਾਂ ਨੂੰ ਤੁਸੀਂ ਕੀ ਹਦਾਇਤ ਦਿਓਗੇ, ਕਿਉਂਕਿ ਉਹ ਵੀ ਬਹੁਤ ਸਾਰੇ ਵੱਡੇ ਤਾਦਾਦ ਦੇ ਵਿੱਚ ਲੋਕਾਂ ਨੇ ਇੱਕ ਇੱਕ ਦੋ ਦੋ ਲੈ ਕੇ ਚੱਲ ਯਾਰ 10-10, 20-20 ਹਜ਼ਾਰ ਹੀ ਦੇ ਰਹੇ ਹਾਂ ਅਤੇ ਐਟਲੀਸਟ ਇਹ 'ਚੋਂ ਸਾਡਾ ਕੁਝ ਬਣ ਜਾਏਗਾ? ਵਾਟ ਵੁੱਡ ਯੂ ਲਾਈਕ ਟੂ ਰਿਕਮੈਂਡ ਦੈਟ? ਹਾਂਜੀ, ਉਹ ਜਿਹਨਾਂ ਨੇ ਲੋਕਾਂ ਨੇ ਹੁਣ ਲਏ ਆ, ਹੁਣ ਮਾਰਕੀਟ ਸਲੋ ਡਾਊਨ ਹੋ ਗਈ, ਵਿੱਚ ਆਈ ਮੀਨ ਸਮ ਆਫ ਅਸ ਸਾਅ ਇਟ ਕਮਿੰਗ ਐਂਡ ਸਮ ਆਫ ਅਸ ਡਿਡਨਟ ਸੀ ਇਟ ਕਮਿੰਗ। ਜੀ, ਸੋ ਆਈ ਥਿੰਕ ਇਨ ਰਿਗਾਰਡ ਟੂ ਪੀਪਲ ਹੂ ਹੈਵ ਇਨਵੈਸਟਿਡ ਇਨ ਪ੍ਰੋਪਰਟੀਜ਼ ਦੈਟ ਆਰ ਸਪੈਕੂਲੇਟਿਵ ਫੋਰ ਸਪੈਕੂਲੇਟਿਵ ਰੀਜ਼ਨਸ, ਭਾਵੇਂ ਕੌਂਡੋ ਬੁੱਕ ਕੀਤਾ ਸੀਗਾ ਜਾਂ ਟਾਊਨਸ ਬੁੱਕ ਕੀਤਾ ਸੀਗਾ, ਆਈ ਥਿੰਕ ਉਹਨਾਂ ਨੂੰ ਹੁਣ ਇਸ ਵੇਲੇ ਬਿਕੋਜ਼ ਲੱਕੀਲੀ ਰੈਂਟਸ ਆਰ ਹਾਈ, ਸੋ ਆਈ ਥਿੰਕ ਦੇ ਹੈਵ ਟੂ ਕੰਪਲੀਟ ਔਨ ਦੋਜ਼ ਪ੍ਰੋਪਰਟੀਜ਼ ਰਾਈਟ ਐਂਡ ਦੇ ਵਿਲ ਹੈਵ ਟੂ ਰੈਂਟ ਇਟ ਆਊਟ, ਦੇਰ ਇਜ਼ ਨੋ ਅਦਰ ਆਪਸ਼ਨ ਫੋਰ ਦੋਜ਼ ਪੀਪਲ, ਕਿਉਂਕਿ ਡਿਪੈਂਡ ਕਰਦਾ ਉਹਨਾਂ ਨੇ ਕਿਸ ਪ੍ਰਾਈਸ 'ਤੇ ਲਿਆ ਹੈਗਾ। ਰਾਈਟ, ਬਟ ਇਹਦੇ 'ਚ ਮਯੂਰ ਕਈ ਲੋਕਾਂ ਦਾ ਇਹ ਜੋ ਗੱਲਬਾਤ ਹੋਈ ਕਿ ਯਾਰ 20,000 ਹੀ ਦਿੱਤਾ ਛੱਡ ਦਿੰਦੇ ਹਾਂ, ਕੀ ਉਹਨਾਂ 'ਤੇ ਕੋਈ ਓਨਸ ਪੈ ਸਕਦਾ ਕਿ ਜੇ ਉਹ ਛੱਡ ਦਿੰਦੇ ਨੇ ਵਿੱਚ ਵਿਦਡਰਾਅ ਕਰਦੇ? ਜੀ, ਦੇ ਉਹਨਾਂ ਦੀ ਲਾਇਬਿਲਿਟੀ ਹੈਗੀ ਹੈ ਡਿਵੈਲਪਰ, ਕਿਉਂਕਿ ਦੇਖੋ ਜੀ ਜਦੋਂ ਮਾਰਕੀਟ ਉੱਪਰ ਜਾ ਰਹੀ ਹੁੰਦੀ ਡਿਵੈਲਪਰ ਵੀ ਖੁਸ਼ ਹੁੰਦਾ ਤੁਸੀਂ ਨਾ ਕੰਪਲੀਟ ਕਰੋ, ਐਬਸੋਲੂਟ, ਪਰ ਉਦੋਂ ਸਾਰੇ ਕੰਪਲੀਟ ਕਰਦੇ ਆ, ਰੀਜ਼ਨ ਬੀਇੰਗ ਕਿ ਉਹਨਾਂ ਨੂੰ ਪਤਾ ਵੀ ਮੇਰੇ ਲੱਖ ਡਾਲਰ ਬਣ ਰਹੇ ਆ, 2 ਲੱਖ ਬਣ ਰਹੇ ਆ, ਜਦੋਂ ਮਾਰਕੀਟ ਸਲੋ ਡਾਊਨ ਹੁੰਦੀ ਹੈ ਡਿਵੈਲਪਰ ਵੀ ਤੁਹਾਡੇ ਮਗਰ ਆਊਗਾ, ਬਿਕੋਜ਼ ਉਹਨੂੰ ਵੀ ਡਰ ਹੈਗਾ ਵੀ ਉਹਨਾਂ ਦਾ ਉਹ ਨਹੀਂ ਵਿਕਣਾ ਹੈਗਾ। ਸੋ ਲੀਗਲੀ ਵੀ ਤੁਸੀਂ ਉਹਦੇ 'ਚ ਫਸੇਗੇ? ਬਿਲਕੁਲ ਫਸੇਗਾ ਜੀ, ਇਟਸ ਅ ਲੀਗਲ ਬਾਈਂਡਿੰਗ ਕੰਟਰੈਕਟ ਐਂਡ ਯੂ ਕੈਨ ਨਾਟ ਵਾਕ ਆਊਟ ਆਫ ਇਟ। ਫਾਈਨਲੀ, ਕੀ ਤੁਹਾਡਾ ਜੋ ਹੁਣ ਟ੍ਰੈਂਡ ਤੁਸੀਂ ਦੇਖ ਰਹੇ ਹੋ 2019 ਦੇ ਵਿੱਚ, ਜਿਹੜਾ ਤੁਸੀਂ ਸਮਝ ਰਹੇ ਹੋ ਕਿ ਮਾਰਕੀਟ ਜਨਰਲੀ ਮਾਰਚ ਅਪ੍ਰੈਲ ਦੇ ਵਿੱਚ ਕਹਿੰਦੇ ਨੇ ਕਿ ਦੁਬਾਰਾ ਚੜ੍ਹਦੀ ਹੁੰਦੀ ਹੈ, ਆਰ ਯੂ ਫੋਰਸਿੰਗ ਸਮ ਸਾਈਨਸ? ਤੁਸੀਂ ਕੁਛ ਹਲਚਲ ਹੁਣ ਨਜ਼ਰ ਆ ਰਹੀ ਹੈ ਜਨਵਰੀ ਦੇ ਮਹੀਨੇ ਵਿੱਚ, ਕੁਝ ਘਰਾਂ ਦੇ ਵਿੱਚ ਸੋਲਡ ਸਟਿਕਰਸ ਨਜ਼ਰ ਆ ਰਹੇ ਨੇ, ਵਾਟ ਯੂ ਫੋਰਸ? ਜੀ, ਆਈ ਥਿੰਕ ਆਉਣ ਵਾਲੇ ਟਾਈਮ ਦੇ ਅੰਦਰ ਆਈ ਥਿੰਕ ਸਪਰਿੰਗ ਮਾਰਕੀਟ ਵਿਲ ਬੀ ਐਨ ਐਵਰੇਜ ਨੋਰਮਲ ਮਾਰਕੀਟ, ਓਕੇ, ਇਟ ਵਿਲ ਨਾਟ ਬੀ ਅ ਹੌਟ ਮਾਰਕੀਟ ਬਾਈ ਐਨੀ ਇਮੈਜੀਨੇਸ਼ਨ, ਸਟ੍ਰੈਚ ਆਫ ਦ ਇਮੈਜੀਨੇਸ਼ਨ, ਰਾਈਟ, ਲੇਕਿਨ ਇਹ ਹੋਏਗਾ ਕਿ ਟ੍ਰੈਡੀਸ਼ਨਲੀ ਹੌਟ ਹੁੰਦੀ ਹੈ ਸਪਰਿੰਗ, ਬਟ ਇਸ ਵਾਰੀ ਸਪਰਿੰਗ ਮਾਰਕੀਟ ਵਿਲ ਨਾਟ ਬੀ ਹੌਟ, ਰਾਈਟ, ਬਟ ਆਉਣ ਵਾਲੇ ਸਾਲ ਤੇ ਆਈ ਥਿੰਕ ਪ੍ਰਾਈਸਿਸ ਆਰ ਗੋਇੰਗ ਟੂ ਸਟੇਬਲਾਈਜ਼, ਓਕੇ, ਐਂਡ ਮੇ ਬੀ ਦੇ ਵਿਲ ਬੀ ਅ ਡਿਪ ਆਫ 1-2% ਇਨ ਪ੍ਰਾਈਸਿਸ, ਬਟ ਦੈਨ ਅਗੇਨ ਨੈਕਸਟ ਈਅਰ ਆਨਵਰਡਸ ਆਈ ਥਿੰਕ ਦ ਪ੍ਰਾਈਸਿਸ ਵਿਲ ਸਟਾਰਟ ਟੂ ਗੋ ਅਪ ਬਿਕੋਜ਼ ਦੇਰ ਇਜ਼ ਬਾਊਂਡ ਟੂ ਬੀ ਗਵਰਨਮੈਂਟ ਇੰਟਰਵੈਂਸ਼ਨ। ਵੰਡਰਫੁਲ ਜੀ, ਥੈਂਕ ਯੂ ਵੈਰੀ ਮਚ ਫਾਰ ਯੋਰ ਇਨਸਾਈਟ ਐਂਡ ਆਫ ਕੋਰਸ ਫਰਵਰੀ ਦੇ ਮਹੀਨੇ ਦੇ ਜਨਵਰੀ ਜੋ ਕੁਝ ਹੋਇਆ ਉਹ ਅਸੀਂ ਆਪਣੇ ਦਰਸ਼ਕਾਂ ਤੱਕ ਲੈ ਕੇ ਆਵਾਂਗੇ। ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਏ ਕਿੱਥੇ ਫੋਨ ਕਰ ਸਕਦੇ? ਮੈਨੂੰ ਫੋਨ ਕਰ ਸਕਦੇ ਜੀ 604-725-1000। ਮੇਰਾ ਨਾਮ ਮਯੂਰ ਅਰੋੜਾ ਹੈ ਜੀ, ਮੈਂ ਵਨ ਫਲੈਟ ਫੀ ਰੀਅਲਟੀ। ਬਹੁਤ ਧੰਨਵਾਦ ਜੀ ਇੱਥੇ ਆ ਕੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਲਈ। ਥੈਂਕ ਯੂ ਐਂਡ ਬੈਸਟ ਵਿਸ਼ਸ।